ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਦਿਹਾਤੀ ਏਰੀਆ ਤਲਵੰਡੀ ਵਿੱਚ ਦਿਨ ਦਿਹਾੜੇ ਸਥਾਨਕ ਪੁਲਿਸ ਥਾਣੇ ਦੀ 100 ਮੀਟਰ ਦੂਰੀ ਤੇ ਸਥਿਤ ਪੁਰਾਣਾ ਮਨੀ ਟ੍ਰਾਂਸਫਰ ਦਫ਼ਤਰ ਤੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਖੂਬੀ ਖੁਰਾਣਾ ਨੇ ਦੱਸਿਆ ਕਿ 12:30 ਵਜੇ ਦੇ ਕਰੀਬ 2 ਵਿਅਕਤੀ ਮੋਟਰਸਾਈਕਲ ਸਵਾਰ ਪਿਸਤੌਲ ਨਾਲ ਦਫ਼ਤਰ ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਉਕਤ ਵਿਅਕਤੀ ਵੱਲੋਂ 3 ਫਾਇਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 1 ਗੋਲੀ ਦਫ਼ਤਰ ਦੇ ਗੇਟ ਦੇ ਸ਼ੀਸ਼ੇ ਤੇ ਜਾ ਲੱਗੀ, ਜਿਸ ਤੋਂ ਬਾਅਦ ਉਹ ਜ਼ੀਰਾਵਾਰੀ ਸਾਈਡ ਨੂੰ ਫਰਾਰ ਹੋ ਗਏ। ਹਾਂਜੀ ਵੀ ਜੀ, ਕੀ ਗੱਲਬਾਤ ਹੋਈ ਜਿਹੜੀ ਫਾਇਰਿੰਗ ਕੀਤੀ ਗਈ? ਤਕਰੀਬਨ 12:30 ਵਜੇ ਦੀ ਗੱਲ ਹੈ ਜੀ। 2 ਜਣੇ ਮੋਟਰਸਾਈਕਲ ਤੇ ਆਏ ਆ, 1 ਨੇ ਮੂਹਰੇ ਲੋਈ ਨਾਲ ਵੇਟਿਆ ਹੋਇਆ ਆਪਣੇ ਨੂੰ, ਦੂਸਰੇ ਨੇ ਗਲੂਬੰਦ ਨਾਲ ਆਪਣਾ ਮੂਹਰੇ ਵੇਟਿਆ ਹੋਇਆ ਤੇ ਸ਼ੋਪ ਵਾਲ ਨੂੰ ਐਨ ਬਿਲਕੁਲ ਮੋਟਰਸਾਈਕਲ ਸਲੋ ਕਰਕੇ 3 ਫਾਇਰ ਉਹਨਾਂ ਨੇ ਸ਼ੋਪ ਤੇ ਸ਼ੋਪ ਵਾਲ ਨੂੰ ਕਰਕੇ ਮਾਰੇ ਆ। ਠੀਕ ਹੈ, ਕੋਈ ਪਹਿਚਾਣ ਹੋਈ ਉਹਨਾਂ? ਉਸ ਤੋਂ ਬਾਅਦ ਉਹ ਸਿੱਧਾ ਜੀਰਾ ਰੋਡ ਨੂੰ ਚਲੇ ਗਏ ਆ। ਪਹਿਚਾਣ ਉਹਨਾਂ ਦੀ ਕੋਈ ਨਹੀਂ ਹੋਈ, ਕਿਉਂਕਿ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਤੇ ਬੜੇ ਆਰਾਮ ਨਾਲ ਗਏ ਆ। ਔਰ ਜਿਹਦਾ ਜਿਹੜਾ ਪਿਛਲਾ ਸੀਗਾ ਉਹਨੇ ਮਤਲਬ ਸਪੈਸ਼ਲ ਐ ਸ਼ੋਪ ਵਾਲ ਨੂੰ ਪੂਰਾ ਆਪਣਾ ਪਿਸਟਲ ਕਰਕੇ ਤੇ ਪੂਰਾ ਦੁਕਾਨ ਦੇ ਅੰਦਰ ਫਾਇਰ ਮਾਰੇ। ਪਤਾ ਲੱਗਿਆ ਕਿ ਪਹਿਲਾਂ ਵੀ ਤੁਹਾਡੇ ਤੇ ਇੱਕ ਵਾਰ ਫਾਇਰਿੰਗ ਹੋ ਚੁੱਕੀ ਹੈ? ਉਹਨੇ 3 ਸਾਲ ਪਹਿਲਾਂ ਸਾਡੇ ਕੋਲ ਘਰ ਦੇ ਕੋਲੇ ਮੇਰੇ ਤੇ ਫਾਇਰ ਹੋਇਆ ਸੀ, ਜਿਹੜਾ ਕਿ ਮੇਰੀ ਲੱਤ ਦੇ ਵਿੱਚ ਲੱਗਾ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਦੀ ਕੋਈ ਟਰੇਸਿੰਗ ਨਹੀਂ ਹੋਈ। ਠੀਕ ਹੈ। ਪਰ ਸਾਡੀ ਕੋਈ ਕਿਸੇ ਨਾਲ ਲਾਗ ਡਾਗ ਨਹੀਂ ਹੈ, ਕੁਛ ਲੈਣਾ ਨਹੀਂ ਦੇਣਾ ਨਹੀਂ। ਇਹ ਵੀ ਪਤਾ ਚੱਲਿਆ ਕਿ ਜਿਹੜੀ ਤੁਹਾਡੀ ਸ਼ੋਪ ਆ ਉਹ ਬਿਲਕੁਲ ਪੁਲਿਸ ਥਾਣੇ ਦੇ ਨਜ਼ਦੀਕ ਹੈ? ਹਾਂਜੀ ਬਿਲਕੁਲ। ਕਿੰਨੀ ਕੁ ਦੂਰੀ ਤੇ ਪੁਲਿਸ ਥਾਣਾ? 100 ਮੀਟਰ ਤੇ। ਠੀਕ ਹੈ। ਤੁਹਾਡਾ ਨਾਮ ਜੀ? ਖੂਬੀ ਖੁਰਾਣਾ ਜੀ। ਭਾਅ ਜੀ, ਜਿਹੜੀ ਇਹ ਫਾਇਰਿੰਗ ਹੋਈ ਕਿਵੇਂ ਹੋਈ ਹੈ ਤੇ ਕਿਸ ਟਾਈਮ ਹੋਈ ਹੈ? ਇਹ ਜੀ 12:30 ਵਜੇ ਹੋਈ ਹੈ ਇਹ ਤੇ 2 ਅਣਪਛਾਤੇ ਆਦਮੀ ਆਏ ਹੈ ਤੇ ਉਹਨਾਂ ਨੇ ਫਾਇਰਿੰਗ ਕੀਤੀ ਹੈ। 3 ਗੋਲੀਆਂ ਚਲਾਈਆਂ ਜਿਹੜੀਆਂ ਕਿ 3 ਗੋਲੀਆਂ ਲੱਗੀਆਂ ਤੇ 1 ਸ਼ੀਸ਼ੇ 'ਚ ਲੱਗੀ ਹੈ ਤੇ 2 ਬਾਹਰ ਲੱਗੀਆਂ ਤੇ ਬਾਕੀ ਜਾਨੀ ਨੁਕਸਾਨ ਤੋਂ ਬਚ ਗਏ ਆ। ਠੀਕ ਹੈ ਜੀ। ਬਾਕੀ ਜਿਹੜਾ ਜਾਂਚ ਹੈ ਪੁਲਿਸ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ ਜਿਹੜਾ ਜਿੱਥੇ ਫਾਇਰਿੰਗ ਹੋਈ ਆ ਥਾਣਾ ਬਿਲਕੁਲ ਨਜ਼ਦੀਕ ਹੀ ਹੈ ਉਹਦੇ, 100 ਮੀਟਰ ਦੀ ਦੂਰੀ ਤੇ। ਠੀਕ ਹੈ। ਸਰ, ਜਿਹੜੀ ਫਾਇਰਿੰਗ ਹੋਈ ਆ ਉਸ ਸੰਬੰਧੀ ਜਾਣਕਾਰੀ ਦੇ ਦਿਓ। ਇੱਥੇ ਖੁਰਾਣਾ ਇਲੈਕਟ੍ਰੋਨਿਕ ਦੀ ਦੁਕਾਨ ਹੈ। ਠੀਕ ਹੈ ਜੀ। ਰੋਡੀ ਭਾਈ ਮੇਨ ਬਾਜ਼ਾਰ 'ਚ। ਠੀਕ ਹੈ ਜੀ। ਤਕਰੀਬ 12:30 ਵਜੇ ਦੀ ਗੱਲ ਹੈ, 2 ਮੋਟਰਸਾਈਕਲ ਤੇ ਜਵਾਨ ਆਏ ਜਿਹੜੇ ਮਤਲਬ ਤੁਰੇ ਤੁਰੇ ਜਾਂਦੇ ਉਹਦੀ ਦੁਕਾਨ ਤੇ ਸ਼ੀਸ਼ੇ ਤੇ ਕਾਊਂਟਰ ਤੇ ਫਾਇਰਿੰਗ ਕਰ ਗਏ। ਕਿੰਨੇ ਫਾਇਰ ਹੋਏ ਸਰ? 2 ਫਾਇਰ ਹੋਏ। ਕੋਈ ਪਹਿਚਾਣ ਹੋਈ ਉਹਨਾਂ ਦੀ? ਨਹੀਂ, ਅਜੇ ਤੱਕ ਤਾਂ ਨਹੀਂ, ਬਾਕੀ ਸੀਸੀਟੀਵੀ ਦੇਖ ਰਹੇ ਹਾਂ। ਠੀਕ ਹੈ।